ਇੱਥੇ ਸੁਵਿਧਾ ਕੇਂਦਰ 'ਚ ਲੋਕ ਇੱਥੇ ਪਹੁੰਚਦੇ ਨੇ ਨਾ, ਆਪਦੇ ਕੰਮ ਵੀ ਕਰਵਾਉਂਦੇ ਪਏ ਨੇ ਅਤੇ ਨਾ ਤੁਹਾਡੇ ਕੋਲ ਆ ਕੇ ਮਦਦ ਵੀ ਮੰਗਦੇ ਨਾ, ਕਈਆਂ ਦੀ ਮਦਦ ਕਰਨ ਵਾਲੀ ਹੁੰਦੀ ਹੈ, ਤਾਂ ਦਿਨ ਦੇ ਵਿੱਚ ਕਿੰਨੇ ਕੁ ਲੋਕ ਤੁਹਾਡੇ ਕੋਲ ਆ ਜਾਂਦੇ ਨੇ ਭਲਾ? ਘੱਟੋ ਘੱਟ 12-15 ਲੋਕ ਆਉਂਦੇ ਆ, ਮਦਦ ਵਾਲੇ ਵੀ ਆਉਂਦੇ ਆ। ਜਿਹੜੀ ਜਿਹੜੀ ਮੈਡੀਕਲ ਕਿਸੇ ਦਾ ਵੀ ਫੈਸਿਲਿਟੀ ਚਾਹੀਦੀ? ਜੀ ਜੀ, ਜਿਹੜਾ ਕੋਈ ਦਵਾਈ ਨਹੀਂ ਲੈ ਸਕਦਾ ਨਾ, ਉਹਨੇ ਕਾਸਤੀ ਕਰਨ ਹੁੰਦੀ ਆ ਵੀ ਮੈਂ ਦਵਾਈ ਲੈ ਨਹੀਂ ਸਕਦਾ, ਅਤੇ ਜਦੋਂ ਮੈਂ ਦਫ਼ਤਰ ਚਲੇ ਗਿਆ ਮੈਂ ਪਰਚੀ ਦੇ ਤੀ, ਅਗਲੇ ਦਿਨ ਮੇਰੀ ਦਵਾਈ ਆ ਜਾਂਦੀ ਆ, ਮੈਨੂੰ ਮਿਲ ਜਾਣੀ। ਹੈਲਪਲਾਈਨ ਦੇ ਲਈ ਆਏ? ਹਾਂਜੀ, ਹੈਲਪਲਾਈਨ ਲੈ ਆਇਆ। ਇਸ ਤੋਂ ਪਹਿਲਾਂ ਆਏ ਸੀ ਤੁਸੀਂ ਇਹਨਾਂ ਦੇ ਕੋਲ? ਹਾਂਜੀ, ਪਹਿਲਾਂ ਆਇਆ ਸੀ, ਉਹਨਾਂ ਨੇ ਹੈਲਪ ਕੀਤੀ ਸੀ, ਮੇਰੇ ਇਹ ਕਾਰਡ ਮੈਂ ਉਹਨਾਂ ਨੇ ਬਣਵਾ ਕੇ ਦਿੱਤਾ ਮੈਨੂੰ ਸਭ ਕਰਕੇ। ਇਹ ਕਾਰਡ ਉਹਨਾਂ ਨੇ ਬਣਵਾ ਕੇ ਦਿੱਤਾ ਨਾਲ ਦੀ ਨਾਲ? ਹਾਂਜੀ, ਉਹਨਾਂ ਨੇ। ਤੁਸੀਂ ਨਾਲ ਆਏ? ਨਹੀਂ, ਨਾਲ ਨਹੀਂ ਆ ਜੀ, ਮੈਂ ਹੈਗਾ ਮਿਰਗੇ ਦਾ ਮਰੀਜ਼, ਅਤੇ ਮੇਰੇ ਐਮ ਕਹਿੰਦੇ ਵੈਸਾ ਮਿਲੇ ਸੀਗੇ, ਅਤੇ ਮੈਂ ਉਹਨੇ ਹੈਲਪ ਲੈਣੀ ਆ ਜੀ। ਮੇਰੀ ਮੰਮੀ ਕੰਮ ਕਰਦੇ ਆ ਅਤੇ ਮੈਂ ਕਿਰਾਏ 'ਤੇ ਰਹਿਣਾ ਜੀ। ਕਦੇ ਮਦਦ ਹੋਰ ਇੱਥੇ ਕੋਈ ਨਹੀਂ ਕਰ ਸਕਦਾ ਜੀ, ਮੈਂ ਸਭ ਕੁਝ ਆਇਆ ਜੀ, ਮੈਨੂੰ ਆਹ ਕਰ ਇੱਥੇ ਹੀ ਮਦਦ ਮਿਲੀ ਹੈ ਸਭ ਦੇ ਕੋਲ ਆ ਕੇ, ਸਭ ਕੋਲ, ਅਤੇ ਵੈਸਾ ਵੀ ਕਰ ਸਕਦੇ, ਮਦਦ ਹੋਰ ਕੋਈ ਨਹੀਂ ਕਰ ਸਕਦਾ। ਹਾਂਜੀ ਹਾਂਜੀ, ਐਮ ਬੈਟਰੀ 'ਚ ਮਿਲ ਕੇ ਗਏ ਸੀ ਮੈਨੂੰ। ਅਸੀਂ ਹੁਣ ਸੁਵਿਧਾ ਕੇਂਦਰ ਦੇਖਦੇ ਪਏ ਸੀ, ਲੋਕ ਇੱਥੇ ਪਹੁੰਚਦੇ ਆ, ਕਹਿੰਦੇ ਜੀ ਵੈਸ ਸਾਹਿਬ ਸਾਡੀ ਮਦਦ ਬਹੁਤ ਕਰਦੇ ਨੇ, ਮਰੀਜ਼ ਵੀ ਇੱਥੇ ਪਹੁੰਚਦੇ ਨੇ ਆਪਣੀ ਮਦਦ ਦੇ ਲਈ। ਭੇੜੀਏ ਸ਼ੇਰ ਦੀ ਗੱਲ ਪਾਈ ਫਿਰਦੇ ਆ, ਸ਼ੇਰ ਸ਼ੇਰ ਰਹਿੰਦਾ ਅਤੇ ਭੇੜੀਆ ਭੇੜੀਆ ਰਹਿੰਦਾ। ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਖਿਆਲ ਰੱਖਿਓ, ਬਹੁਤ ਸਾਰੇ ਲੋਕ ਤੁਹਾਡੇ ਨਾਲ ਠੱਗੀ ਮਾਰ ਕੇ, ਝੂਠ ਬੋਲ ਕੇ ਵੋਟਾਂ ਲੈਣ ਦੇ ਯਤਨ 'ਚ, ਜਿਹੜੀ ਪਾਰਟੀ ਦੇ ਘਰੋਂ ਰਿਸ਼ਤੇਦਾਰਾਂ ਦੇ ਘਰੋਂ 10-10 ਕਰੋੜ ਰੁਪਈਆ ਨਿਕਲੇ, ਅਤੇ ਤੁਸੀਂ ਬੜੇ ਮੀਆਂ ਸੋ ਬੜੇ ਮੀਆਂ ਛੋਟੇ ਮੀਆਂ ਸੁਭਾਨ ਅੱਲਾ। ਉਹ ਕਹਿੰਦੇ ਵੀ ਵੈਸੇ ਬੈਂਸ ਨੇ ਹਾਰਨਾ ਨਹੀਂ, ਟਾਂਡਾ ਸਾਹਿਬ ਬੋਲਦੇ ਹਨ ਵੀ ਇਸ ਵਾਰੀ ਜੇ ਹਾਰ ਗਿਆ, ਇਸ ਵਾਰੀ ਜੇ ਸਿੱਟਿਆ ਜਾਂਦਾ ਤਾਂ ਸਿੱਟ ਲਓ, ਹੈ ਨਾ। ਇਹ ਕੀ ਸ਼ੋਅ ਕਰਦਾ? ਅੰਦਰਲੀ ਗੱਲ ਬਾਹਰ ਆ ਰਹੀ ਹੈ ਵੀ ਇਸ ਵਾਰੀ ਜੇ ਨਾ ਸਿੱਟਿਆ ਗਿਆ, ਆਪਣੇ ਮੂੰਹੋਂ ਕਹਿੰਦਾ ਫੇਰ ਨਹੀਂ ਡਿੱਗਦਾ। ਆ ਟਿੱਡੇ ਮੀਂਹ ਤੋਂ ਬਾਅਦ ਉੱਡਦੇ ਆ ਨਾ, ਜਦੋਂ ਉਹਦੇ ਉਹ ਥੋੜ੍ਹੀ ਜਿਹੀ ਉਡਾਰੀ ਮਾਰਦਾ ਫਿਰ ਫੰਗ ਝੜ ਜਾਂਦੇ, ਅਤੇ ਫਿਰ ਉਹ ਜ਼ਮੀਨ 'ਤੇ ਉੱਤੋਂ ਤੁਰਿਆ ਵੀ ਨਹੀਂ ਜਾਂਦਾ। ਆਹੀ ਹਸ਼ਰ ਇਹਨਾਂ ਦਾ ਇਲੈਕਸ਼ਨ ਤੋਂ ਬਾਅਦ ਕਰਿਓ, ਚੰਗੀ ਤਰ੍ਹਾਂ ਦੱਬ ਕੇ ਘੀਸੀ ਕਰਾ ਕੇ ਇਹਨਾਂ ਨੂੰ ਸਮਝਾ ਦਿਓ ਵੀ ਲੈਟਰ ਬਕਸ ਤੋਂ ਬਿਨਾਂ, ਬੈਂਸ ਤੋਂ ਬਿਨਾਂ ਜਿਹੜੇ ਤੁਸੀਂ ਝੂਠ ਦੀਆਂ ਕੰਧਾਂ ਖੜੀਆਂ ਕਰ ਰਹੇ ਹਾਂ, ਇਹ ਟਿਕਦੀਆਂ ਨਹੀਂ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਦੀਪ ਸਿੰਘ ਲੰਮੇ, ਤੁਸੀਂ ਦੇਖ ਰਹੇ ਹੋ ਟਾਈਮਜ਼। ਆਤਮਨਗਰ ਇਲਾਕੇ ਦੇ ਵਿੱਚ ਖੜ੍ਹੇ ਹੋਏ ਹਾਂ। ਆਤਮਨਗਰ ਇਲਾਕੇ ਦੇ ਵਿੱਚ ਬੈਂਸ ਬਦਰਸ ਦਾ ਨਾਮ ਜਿਹੜਾ ਬਹੁਤ ਬੋਲਦਾ ਆ, ਕਿਉਂਕਿ ਇਸ ਇਲਾਕੇ ਦੇ ਵਿੱਚ ਆਤਮਨਗਰ ਦੇ ਵਿੱਚ ਹੀ ਜਿਹੜੇ ਹੈ ਸਿਮਰਜੀਤ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਜਿਹੜੇ ਰਹਿੰਦੇ ਵੀ ਨੇ, ਨਾਲ ਨਾਲ ਉਹਨਾਂ ਨੇ ਆਪਦੇ ਵੱਲੋਂ ਇੱਕ ਸੁਵਿਧਾ ਕੇਂਦਰ ਵੀ ਜਿਹੜਾ ਖੋਲ੍ਹਿਆ ਹੈ ਲੋਕਾਂ ਦੀ ਭਲਾਈ ਦੇ ਲਈ। ਤਾਂ ਇਹ ਸੁਵਿਧਾ ਕੇਂਦਰ ਹੈ ਹਮੇਸ਼ਾ ਦੀ ਤਰ੍ਹਾਂ ਜਿਹੜਾ ਇੱਥੇ ਕੰਮ ਹੁੰਦੇ ਨੇ, ਕਹਿੰਦੇ ਵੀ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਜਿਹੜੇ ਨੇ, ਉਹਨਾਂ ਦੇ ਇਲਾਕੇ ਦੇ ਵਿੱਚ ਕੋਈ ਕੰਮ ਕਰਵਾਉਣਾ ਹੋਵੇ ਕਿਸੇ ਨੇ, ਤਾਂ ਉਹ ਇੱਥੇ ਇਸ ਇਲਾਕੇ ਦੇ ਵਿੱਚ ਪਹੁੰਚਦਾ ਆ, ਔਰ ਇਸ ਆਤਮਨਗਰ ਦੇ ਵਿੱਚ ਜਿਹੜਾ ਇਹ ਆਫਿਸ ਹੈ, ਅੰਦਰ ਜਾ ਕੇ ਤੁਹਾਨੂੰ ਦਿਖਾਵਾਂਗੇ, ਲੋਕ ਇੱਥੇ ਪਹੁੰਚਦੇ ਨੇ, ਲੋਕਾਂ ਨੂੰ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਪੈਂਦੀ, ਉਹ ਇੱਥੇ ਆਉਂਦੇ ਨੇ, ਇੱਥੇ ਪਹੁੰਚ ਕੇ ਜਿਹੜੇ ਆਪਣੇ ਕੰਮ ਕਰਵਾਉਣ ਵਾਲੇ ਹੁੰਦੇ ਨੇ, ਸਰਕਾਰੀ ਕੰਮ ਕੋਈ ਹੋਵੇ ਤਾਂ ਉਹ ਵੀ ਜਿਹੜੇ ਕਰਵਾ ਕੇ ਇੱਥੋਂ ਨਿਕਲਦੇ ਨੇ। ਚੰਗੀ ਤਰ੍ਹਾਂ ਜਾਣ ਦੋ ਕਿ ਹੁਣ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ, ਅਤੇ ਇਸੇ ਚੋਣਾਂ ਦੇ ਦੌਰਾਨ ਵੱਖ ਵੱਖ ਪਾਰਟੀਆਂ ਦਾ ਆਪਣਾ ਆਪਣਾ ਜਿਹੜਾ ਜ਼ੋਰ ਲੱਗਿਆ ਹੋਇਆ ਹੈ ਕਿ ਵੋਟਾਂ ਜਿਹੜੀਆਂ ਨੇ, ਚੋਣਾਂ ਜਿਹੜੀਆਂ ਹੋਣ ਵਾਲੀਆਂ ਨੇ, ਉਹਨਾਂ ਨੂੰ ਜਿੱਤਿਆ ਜਾ ਸਕੇ। ਲੇਕਿਨ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਸਿਮਰਜੀਤ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਜਿਹੜਾ ਨਾਮ ਬੋਲਦਾ ਹੈ ਆਤਮਨਗਰ ਇਲਾਕੇ ਦੇ ਵਿੱਚ, ਕਿਉਂਕਿ ਉਹਨਾਂ ਦੇ ਵੱਲੋਂ ਜਿਹੜੇ ਕੰਮ ਕਰਵਾਏ ਜਾ ਰਹੇ ਨੇ ਜਾਂ ਫਿਰ ਲੋਕਾਂ ਦੀ ਭਲਾਈ ਦੇ ਲਈ ਜੋ ਕੰਮ ਕੀਤੇ ਜਾਂਦੇ ਨੇ, ਤਾਂ ਉਹਨਾਂ ਦੇ ਲਈ ਸੁਵਿਧਾ ਕੇਂਦਰ ਜਿਹੜਾ ਅਲੱਗ ਤੋਂ ਖੋਲ੍ਹਿਆ ਗਿਆ। ਤਾਂ ਇਹ ਲੋਕ ਇੱਥੇ ਪਹੁੰਚਦੇ ਨੇ, ਸਵੇਰ ਸਵੇਰ ਦਾ ਟਾਈਮ ਹੁੰਦਾ ਹੈ, ਹਰ ਕੋਈ ਇੱਥੇ ਪਹੁੰਚ ਕੇ ਆਪਣੇ ਕੰਮ ਕਰਵਾਉਣ ਦੇ ਲਈ ਪਹੁੰਚਦਾ। ਬਾਈ ਜੀ, ਕੀ ਕੰਮ ਕਰਵਾਉਣਾ ਜੀ ਤੁਸੀਂ? ਮੇਰਾ ਲੜਕਾ ਬਿਮਾਰ ਹੈ, ਹਾਂਜੀ, ਅਤੇ ਮੈਂ ਉਹਦੇ ਵਾਸਤੇ ਉਹਨਾਂ ਨੇ ਕਿਹਾ ਸੀ, ਉੱਥੇ ਡਾਕਟਰ ਸਾਹਿਬ ਨੂੰ ਮਿਲਾਇਆ ਸੀਗਾ, ਅਤੇ ਹੁਣ ਟੈਸਟ ਟੁਸਟ ਕਰਾਉਣੇ ਨੇ ਉਹਨਾਂ ਦੇ, ਲੜਕੇ ਦੇ ਆਪਣੇ। ਹੈਲਪਲਾਈਨ ਦੇ ਲਈ? ਹਾਂਜੀ, ਹੈਲਪਲਾਈਨ ਲੈ ਆਇਆ ਮੈਂ ਜੀ। ਇਸ ਤੋਂ ਪਹਿਲਾਂ ਆਏ ਸੀ ਤੁਸੀਂ ਇਹਨਾਂ ਦੇ ਕੋਲ? ਹਾਂਜੀ, ਪਹਿਲਾਂ ਆਇਆ ਸੀ, ਉਹਨਾਂ ਨੇ ਹੈਲਪ ਕੀਤੀ ਸੀ, ਮੇਰੇ ਇਹ ਕਾਰਡ ਮੈਂ ਉਹਨਾਂ ਨੇ ਬਣਵਾ ਕੇ ਦਿੱਤਾ ਮੈਨੂੰ ਸਭ ਕਰਕੇ। ਇਹ ਕਾਰਡ ਉਹਨਾਂ ਨੇ ਬਣਵਾ ਕੇ ਦਿੱਤਾ ਨਾਲ ਦੀ ਨਾਲ? ਹਾਂਜੀ, ਉਹਨਾਂ ਨੇ। ਤੁਸੀਂ ਨਾਲ ਆਏ ਉਹਨਾਂ ਦੇ? ਨਹੀਂ, ਨਾਲ ਨਹੀਂ ਆ ਜੀ, ਮੈਂ ਹੈਗਾ ਮਿਰਗੇ ਦਾ ਮਰੀਜ਼, ਅਤੇ ਮੇਰੇ ਐਮ ਕਹਿੰਦੇ ਵੈਸਾ ਮਿਲੇ ਸੀਗੇ, ਅਤੇ ਮੈਂ ਉਹਨੇ ਹੈਲਪ ਲੈਣੀ ਹੈ ਜੀ। ਮੇਰੀ ਮੰਮੀ ਕੰਮ ਕਰਦੇ ਆ, ਅਤੇ ਮੈਂ ਕਿਰਾਏ 'ਤੇ ਰਹਿਣਾ ਜੀ। ਅੱਛਾ ਜੀ, ਹਾਂਜੀ। ਅਤੇ ਤੁਹਾਨੂੰ ਕਿਸੇ ਦੱਸਿਆ ਸੀਗਾ ਵੀ ਹਾਂ ਬੈਂਸ ਸਾਹਿਬ ਵੀ ਮਦਦ ਕਰਨਗੇ ਤੁਹਾਡੀ? ਹਾਂਜੀ ਹਾਂਜੀ। ਅਤੇ ਕੀ ਉਮੀਦ ਆ ਵੀ ਮਦਦ ਕਰਨਗੇ? ਮੈਂ ਜਾਣੀ ਕਿ ਉੱਥੋਂ ਆਇਆ ਸੀਗਾ ਜਿੱਥੇ ਮੈਂ ਕੰਮ ਕਰਦਾ, ਮੈਨੂੰ ਉਹਨਾਂ ਨੇ ਕਹਿ ਦੇ ਕਹਿੰਦੇ ਬੈਂਸ ਹੈਲਪ ਦੇਣਗੇ। ਹਾਂਜੀ, ਠੀਕ ਹੈ ਜੀ। ਕਰ ਸਕਦੇ ਮਦਦ ਹੋਰ ਇੱਥੇ ਕੋਈ ਨਹੀਂ ਕਰ ਸਕਦਾ ਜੀ, ਮੈਂ ਸਭ ਕੁਝ ਆਇਆ ਜੀ, ਮੈਨੂੰ ਆਖਰ ਇੱਥੇ ਹੀ ਮਦਦ ਮਿਲੀ ਹੈ ਬੈਂਸ ਸਾਹਿਬ ਦੇ ਕੋਲ ਆ ਕੇ, ਸਭ ਕੋਲ, ਅਤੇ ਬੈਂਸ ਸਾਹਿਬ ਵੀ ਕਰ ਸਕਦੇ ਮਦਦ ਹੋਰ ਕੋਈ ਨਹੀਂ ਕਰ ਸਕਦਾ। ਬੈਂਸ ਸਾਹਿਬ ਮਿਲ ਕੇ ਗਏ ਸੀਗੇ ਉੱਥੇ? ਹਾਂਜੀ ਹਾਂਜੀ, ਐਮ ਕੇ ਦੇ ਫੈਕਟਰੀ 'ਚ ਮਿਲ ਕੇ ਗਏ ਸੀ ਮੈਨੂੰ।
ਇਹ ਲੋਕ ਨੇ ਜਿਹੜੇ ਗੱਲ ਕਰ ਰਹੇ ਨੇ ਕਿ ਮਦਦ ਕਰਨ ਦੇ ਲਈ ਜਿਹੜੇ ਹਮੇਸ਼ਾ ਬੈਂਸ ਬਰਦਰ ਜਿਹੜੇ ਅੱਗੇ ਹੁੰਦੇ ਨੇ ਅਤੇ ਜਿਨ੍ਹਾਂ ਨੇ ਆਪਣੇ ਇਲਾਜ ਕਰਵਾਉਣਾ ਜਾਂ ਕੋਈ ਵੀ ਕੰਮ ਕਰਵਾਉਣਾ ਤਾਂ ਇੱਥੇ ਪਹੁੰਚਦੇ ਹਨ ਬੈਂਸ ਸਾਹਿਬ ਦੇ ਕੋਲ ਗੱਲਬਾਤ ਕਰਨ ਦੇ ਲਈ ਤਾਂ ਉਹਨਾਂ ਦੀ ਗੱਲ ਸੁਣੀ ਵੀ ਜਾਂਦੀ ਹੈ ਅਤੇ ਮਦਦ ਜਿਹੜੀ ਹੈ ਕੀਤੀ ਵੀ ਜਾਂਦੀ ਹੈ ਅਤੇ ਇੱਕ ਪਾਸੇ ਸੁਵਿਧਾ ਕੇਂਦਰ ਚੱਲ ਰਿਹਾ ਔਰ ਇੱਕ ਪਾਸੇ ਜਿਹੜੇ ਵਰਕਰਾਂ ਦੇ ਨਾਲ ਮੀਟਿੰਗ ਜਿਹੜੀ ਹੈ ਕੀਤੀ ਜਾਂਦੀ ਹੈ ਅਤੇ ਇੱਥੇ ਗੱਲਬਾਤ ਕੀਤੀ ਜਾਂਦੀ ਹੈ। ਬਰਿੰਦਰ ਸਿੰਘ ਬੈਂਸ ਜੀ ਇੱਥੇ ਬੈਠੇ ਹੋਏ ਨੇ। ਸਤਿ ਸ਼੍ਰੀ ਅਕਾਲ ਸਰ। ਬੈਂਸ ਸਾਹਿਬ ਅਸੀਂ ਹੁਣ ਸੁਵਿਧਾ ਕੇਂਦਰ ਦੇਖਦੇ ਪਏ ਸੀ, ਲੋਕ ਇੱਥੇ ਪਹੁੰਚਦੇ ਆ ਕਹਿੰਦੇ ਜੀ ਬੈਂਸ ਸਾਹਿਬ ਸਾਡੀ ਮਦਦ ਬਹੁਤ ਕਰਦੇ ਨੇ, ਮਰੀਜ਼ ਵੀ ਇੱਥੇ ਪਹੁੰਚਦੇ ਨੇ ਆਪਣੀ ਮਦਦ ਦੇ ਲਈ, ਤਾਂ ਇਵੇਂ ਜਿਹੜੇ ਆਤਮਨਗਰ ਇਲਾਕੇ ਦੇ ਜਿਹੜੇ ਲੋਕ ਨੇ ਉਹਨਾਂ ਦੇ ਲਈ ਕੀ ਕਹਿਣਾ ਚਾਹੁੰਦੇ ਸੀ? ਆਤਮਨਗਰ ਇਲਾਕੇ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਕਈ ਭੇੜੀਏ ਸ਼ੇਰ ਦੀ ਗੱਲ ਪਾਈ ਫਿਰਦੇ ਆ, ਸ਼ੇਰ ਸ਼ੇਰ ਰਹਿੰਦਾ ਅਤੇ ਭੇੜੀਆ ਭੇੜੀਆ ਰਹਿੰਦਾ। ਇਸ ਕਰਕੇ ਬੇਨਤੀ ਕਰਦਾ ਕਿ ਹੁਣ ਹੋੜ ਲੱਗੀ ਪਈ ਹੈ। ਹੋੜ ਕੈਸੀ ਹੈ? ਬਹੁਤ ਸਾਰੇ ਕਰਜਾਈ ਲੋਕ, ਲਓ ਮੈਂ ਕਹਿਣ ਲੱਗਿਆ ਤੁਹਾਡੇ ਚੈਨਲ 'ਤੇ, ਕਰਜਾਈ ਲੋਕ ਇਹ ਸਮਝਦੇ ਵੈਸੇ ਸਾਡਾ ਕਰਜ਼ਾ ਉਤਰਨਾ ਨਹੀਂ, ਰਾਜਨੀਤੀ 'ਚ ਵੜ ਜਾਓ, ਆ ਹੁਣ ਅਸੀਂ ਕਾਗਜ਼ ਭਰਾਂਗੇ ਨਾ, ਪਤਾ ਲੱਗ ਜੂ ਕਿਹੜੇ 'ਤੇ ਕਿੰਨਾ ਕਰਜ਼ਾ, ਅਤੇ ਉਹ ਕਰਜ਼ਾ ਲਾਉਣ ਲਈ ਰਾਜਨੀਤੀ 'ਚ ਲੋਕ ਤੁਰਨ ਲੱਗ ਗਏ ਵੀ ਇੱਧਰ ਨੂੰ ਮੂੰਹ ਕਰ ਲਓ, ਪਤਾ ਨਹੀਂ ਖਿਲਰੇ ਪਏ ਆ ਨੋਟ, ਵੀ ਉੱਥੋਂ ਇਕੱਠੇ ਕਰਕੇ ਅਤੇ ਕਰਜ਼ਾ ਮੁਕਤ ਹੋ ਜਾਵਾਂਗੇ। ਪਰ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਖਿਆਲ ਰੱਖਿਓ, ਬਹੁਤ ਸਾਰੇ ਲੋਕ ਤੁਹਾਡੇ ਨਾਲ ਠੱਗੀ ਮਾਰ ਕੇ ਝੂਠ ਬੋਲ ਕੇ ਵੋਟਾਂ ਲੈਣ ਦੇ ਯਤਨ 'ਚ, ਜਿਹੜੀ ਪਾਰਟੀ ਦੇ ਘਰੋਂ ਰਿਸ਼ਤੇਦਾਰਾਂ ਦੇ ਘਰੋਂ 10-10 ਕਰੋੜ ਰੁਪਈਆ ਨਿਕਲੇ, ਅਤੇ ਤੁਸੀਂ ਬੜੇ ਮੀਆਂ ਸੋ ਬੜੇ ਮੀਆਂ ਛੋਟੇ ਮੀਆਂ ਸੁਭਾਨ ਅੱਲਾ, ਅਤੇ ਜੇ CM ਸਾਹਿਬ ਕਹਿਣ ਮੈਨੂੰ ਪਤਾ ਹੀ ਨਹੀਂ ਲੱਗਿਆ, ਹੈ ਨਾ। ਆਹ ਸਾਰਾ ਕੁਛ ਝੂਠ ਦੀ ਬੁਨਿਆਦ ਆ, ਕਿੰਨੇ ਦਿਨ ਚੱਲੂਗੀ, ਨਹੀਂ ਚੱਲ ਸਕਦੀ। ਜਿਵੇਂ ਇੱਥੇ ਸੁਵਿਧਾ ਕੇਂਦਰ 'ਚ ਲੋਕ ਇੱਥੇ ਪਹੁੰਚਦੇ ਨੇ ਨਾ, ਆਪਦੇ ਕੰਮ ਵੀ ਕਰਵਾਉਂਦੇ ਪਏ ਨੇ ਅਤੇ ਨਾਲ ਤੁਹਾਡੇ ਕੋਲ ਆ ਕੇ ਮਦਦ ਵੀ ਮੰਗਦੇ ਨਾ, ਕਈਆਂ ਦੀ ਮਦਦ ਕਰਨ ਵਾਲੀ ਹੁੰਦੀ ਹੈ, ਤਾਂ ਦਿਨ ਦੇ ਵਿੱਚ ਕਿੰਨੇ ਕੁ ਲੋਕ ਤੁਹਾਡੇ ਕੋਲ ਆ ਜਾਂਦੇ ਨੇ ਭਲਾ? ਘੱਟੋ ਘੱਟ 12-15 ਲੋਕ ਆਉਂਦੇ ਆ, ਮਦਦ ਵਾਲੇ ਵੀ ਆਉਂਦੇ ਆ। ਜਿਹੜੀ ਮੈਡੀਕਲ ਕਿਸੇ ਦਾ ਵੀ ਫੈਸਿਲਿਟੀ ਚਾਹੀਦੀ? ਜੀ, ਜਿਹੜਾ ਕੋਈ ਦਵਾਈ ਨਹੀਂ ਲੈ ਸਕਦਾ ਨਾ, ਉਹਨੇ ਕਾਸਟ ਦੀ ਕਿਰਨ ਹੁੰਦੀ ਆ ਵੀ ਮੈਂ ਦਵਾਈ ਲੈ ਨਹੀਂ ਸਕਦਾ, ਅਤੇ ਜਦੋਂ ਮੈਂ ਦਫ਼ਤਰ ਚਲੇ ਗਿਆ ਮੈਂ ਪਰਚੀ ਦੇਤੀ, ਅਗਲੇ ਦਿਨ ਮੇਰੀ ਦਵਾਈ ਆ ਜਾਣੀ ਆ, ਮੈਨੂੰ ਮਿਲ ਜਾਣੀ ਆ। ਇਸ ਕਰਕੇ ਲੋਕ, ਮੈਂ ਤਾਂ ਕੀ ਕਰਨ ਜੋਗਾ, ਕਰਦਾ ਤਾਂ ਪਰਮੇਸ਼ਰ ਆ, ਕਰਾਉਂਦਾ ਵੀ ਪਰਮੇਸ਼ਰ ਆ, ਉਹੀ ਕਹਿੰਦਾ ਵੀ ਲੈ ਦੇ, ਆਪਾਂ ਲੈ, ਆਪਾਂ ਤਾਂ ਇੱਕ ਜ਼ਰੀਆ ਹੈਗੇ ਹਾਂ, ਦੇਣ ਵਾਲਾ ਤਾਂ ਮਾਲਕ ਆ। ਤੁਹਾਡੇ ਇਲਾਕੇ ਹਲਕੇ ਦੀ ਗੱਲ ਕੀਤੀ ਜਾਵੇ ਜਾਂ ਆਤਮਨਗਰ ਇਲਾਕੇ ਦੀ ਗੱਲ ਕੀਤੀ ਜਾਵੇ, ਤਾਂ ਕੀ ਲੱਗਦਾ ਵੀ ਐਤਵਾਰ ਬਹੁਤ, ਇਸ ਵਾਰ ਜਿਹੜਾ ਆ ਨਾ ਬਹੁਤ ਫਸਮਾਂ ਜਿਹੜਾ ਮੁਕਾਬਲਾ ਹੋਣ ਵਾਲਾ ਆ, ਬਹੁਤ ਸਾਰੀ ਪਾਰਟੀਜ਼ ਵੀ ਆ ਚੁੱਕੀਆਂ? ਮੈਨੂੰ ਜਮਾਂ ਫਸਮਾਂ ਨਹੀਂ ਲੱਗਦਾ, ਕਿਉਂਕਿ ਮੈਨੂੰ ਪਤਾ ਵੀ ਜੋ ਮੈਂ ਕੀਤਾ ਉਹਦਾ ਫਲ ਮੈਨੂੰ ਮਿਲਣਾ, ਜੋ ਉਹ ਕਰ ਰਹੇ ਆ ਝੂਠੀਆਂ ਇਲਜ਼ਾਮਬਾਜ਼ੀਆਂ ਉਹਦਾ ਫਲ ਉਹਨੂੰ ਮਿਲਣਾ, ਸਾਰੀ ਸੰਗਤ ਨੂੰ ਪਤਾ। ਉਹ ਕਹਿੰਦੇ ਵੀ ਵੈਸੇ ਬੈਂਸ ਨੇ ਹਾਰਨਾ ਨਹੀਂ, ਟਾਂਡਾ ਸਾਹਿਬ ਬੋਲਦੇ ਹਨ ਵੀ ਇਸ ਵਾਰੀ ਜੇ ਹਾਰ ਗਿਆ, ਇਸ ਵਾਰੀ ਜੇ ਸਿੱਟਿਆ ਜਾਂਦਾ ਤਾਂ ਸਿੱਟ ਲਓ, ਹੈ ਨਾ। ਇਹ ਕੀ ਸ਼ੋਅ ਕਰਦਾ, ਅੰਦਰਲੀ ਗੱਲ ਬਾਹਰ ਆ ਰਹੀ ਹੈ ਵੀ ਇਸ ਵਾਰੀ ਜੇ ਨਾ ਸਿੱਟਿਆ ਗਿਆ, ਆਪਣੇ ਮੂੰਹੋਂ ਕਹਿੰਦਾ ਕਹਿੰਦਾ ਫੇਰ ਨਹੀਂ ਡਿੱਗਦਾ। ਉਹ ਪਿਆਰਿਆ, ਉਹਨੇ ਇਸ ਵਾਰੀ ਵੀ ਨਹੀਂ ਡਿੱਗਣਾ, ਤੂੰ ਲੱਖ ਯਤਨ ਕਰ ਲਈ, ਲੱਖ ਇਲਜ਼ਾਮ ਲਾ ਲਈ, ਉਹਨੇ ਇਸ ਵਾਰੀ ਵੀ ਨਹੀਂ ਬੈਂਸ ਭਰਾਵਾਂ ਨੇ ਡਿੱਗਣਾ। ਪਰਮੇਸ਼ਰ ਦੀ ਖੇਡ ਆ, ਤੇਰੇ ਵਰਗੇ ਝੂਠ ਦੇ ਸਹਾਰੇ ਰੇਤਾ ਦੇ ਘਰ ਕਿੰਨੇ ਦਿਨ ਖੜ੍ਹੇ ਰਹਿਣਗੇ, ਉਹ ਨਹੀਂ ਖੜ੍ਹਦੇ। ਲਗਾ ਸਕਦੇ ਵੀ ਹਾਂ ਬੈਂਸ ਬਰਦਰ ਜਿਹੜੇ ਲੋਕਾਂ ਦੇ ਵਿੱਚ ਬੈਠਦੇ ਨੇ, ਵਿਚਰਦੇ ਨੇ, ਤਾਂ ਕਰਕੇ ਵੀ ਹਾਰ ਨਹੀਂ ਸਕਦੇ ਹੈਗੇ? ਅਰੇ ਪਰਮੇਸ਼ਰ ਦੀ ਖੇਡ ਹੈ, ਇਹਨਾਂ ਦੀ ਅਸੀਸ ਆ, ਉਹਨਾਂ ਕੋਲ ਪੈਸੇ ਹੈ, ਸਾਡੇ ਕੋਲ ਲੋਕਾਂ ਦੀ ਅਸੀਸ ਆ, ਅਸੀਂ ਕਿਸੇ ਨੂੰ ਜਵਾਬ ਨਹੀਂ ਦਿੰਦੇ, ਹਰੇਕ ਬੰਦੇ ਨੂੰ ਪਤਾ ਉੱਥੇ ਚਲਿਆ ਗਿਆ ਕੰਮ ਹੋ ਗਿਆ। ਇਸ ਕਰਕੇ ਹੁਣ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਹੁਣ ਸਾਡੇ ਇਮਤਿਹਾਨ ਦੀ ਵੀ ਘੜੀ ਆ, ਅਤੇ ਕਿਰਪਾ ਕਰਿਓ ਚੋਣ ਨਿਸ਼ਾਨ ਲੈਟਰ ਬਕਸ, ਲੈਟਰ ਬਕਸ ਦਾ ਬਟਨ ਦੱਬ ਕੇ ਜਿਹੜੇ ਫਿਰਦੇ ਆ ਨਾ ਭੱਜੇ, ਇਹਨਾਂ ਦੇ ਜਦੋਂ ਫੰਗ ਲੈ ਗਏ ਆ ਟਿੱਡੇ ਮੀਂਹ ਤੋਂ ਬਾਅਦ ਉੱਡਦੇ ਆ ਨਾ, ਜਦੋਂ ਉਹਦੇ ਉਹ ਥੋੜ੍ਹੀ ਜਿਹੀ ਉਡਾਰੀ ਮਾਰਦਾ ਫਿਰ ਫੰਗ ਝੜ ਜਾਂਦੇ ਅਤੇ ਫਿਰ ਉਹ ਜ਼ਮੀਨ 'ਤੇ ਉਹ ਤੋਂ ਤੁਰਿਆ ਵੀ ਨਹੀਂ ਜਾਂਦਾ। ਆਹੀ ਹਸ਼ਰ ਇਹਨਾਂ ਦਾ ਇਲੈਕਸ਼ਨ ਤੋਂ ਬਾਅਦ ਕਰਿਓ, ਚੰਗੀ ਤਰ੍ਹਾਂ ਦੱਬ ਕੇ ਘੀਸੀ ਕਰਾ ਕੇ ਇਹਨਾਂ ਨੂੰ ਸਮਝਾ ਦਿਓ ਵੀ ਲੈਟਰ ਬਕਸ ਤੋਂ ਬਿਨਾਂ, ਬੈਂਸ ਤੋਂ ਬਿਨਾਂ ਜਿਹੜੇ ਤੁਸੀਂ ਝੂਠ ਦੀਆਂ ਕੰਧਾਂ ਖੜੀਆਂ ਕਰ ਰਹੇ ਹਾਂ ਇਹ ਟਿਕਦੀਆਂ ਨਹੀਂ। ਧੰਨਵਾਦ। ਸੋ ਗੱਲਬਾਤ ਕੀਤੀ ਹੈ ਬੈਂਸ ਸਾਹਿਬ ਦੇ ਨਾਲ, ਬਰਿੰਦਰ ਸਿੰਘ ਬੈਂਸ ਜਿਹੜੇ ਨੇ ਉਹਨਾਂ ਨੇ ਗੱਲਬਾਤ ਕੀਤੀ ਹੈ, ਅਤੇ ਗੱਲ ਸਾਰੀ ਘੁੰਮ ਘੁੰਮਾ ਕੇ ਇੱਥੇ ਆਉਂਦੀ ਹੈ ਕਿ ਖੇਡ ਜਿਹੜੀ ਹੈ ਕਿ ਲੋਕਾਂ ਦੇ ਵਿੱਚ ਵਿਚਰਦਾ ਕੌਣ ਹੈ, ਲੋਕਾਂ ਦੇ ਨਾਲ ਗੱਲਬਾਤ ਕੌਣ ਕਰਦਾ, ਲੋਕਾਂ ਦੇ ਕੰਮ ਕੌਣ ਕਰਦਾ। ਆਤਮਨਗਰ ਇਲਾਕੇ ਦੇ ਵਿੱਚ ਜਿਹੜੇ ਲੋਕ ਨੇ ਰਹਿੰਦੇ ਨੇ ਤਾਂ ਉਹਨਾਂ ਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਪੈਂਦੀ ਹੈਗੀ। ਲੋਕ ਕਹਿੰਦੇ ਨੇ ਕਿ ਸਿਮਰਜੀਤ ਸਿੰਘ ਬੈਂਸ ਦਾ ਜਿਹੜਾ ਇਹ ਇਲਾਕਾ, ਇਸ ਦੇ ਵਿੱਚ ਜੋ ਇਹਨਾਂ ਨੇ ਸੁਵਿਧਾ ਕੇਂਦਰ ਬਣਾਇਆ ਤਾਂ ਇੱਥੇ ਪਹੁੰਚ ਕੇ ਸਾਡੇ ਜਿਹੜੇ ਕੰਮ ਹੋ ਜਾਂਦੇ ਨੇ, ਕਿਤੇ ਹੋਰ ਜਾਣ ਦੀ ਨਾ ਲੋੜ ਨਹੀਂ ਪੈਂਦੀ ਹੈਗੀ। ਅਤੇ ਪੋਲੀਟਿਕਸ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਜਿਹੜੇ ਲੋਕ ਵਿਚਰਦੇ ਨੇ ਆਪਸ ਦੇ ਵਿੱਚ, ਜਾਂ ਕੋਈ ਪੋਲੀਟੀਸ਼ੀਅਨ ਕੋਈ ਲੋਕਾਂ ਦੇ ਕੰਮ ਦੇ ਲਈ ਅੱਗੇ ਆਉਂਦਾ ਹੈ ਤਾਂ ਲੋਕ ਉਹਦੀ ਸੁਣਦੇ ਵੀ ਨੇ।
तो ये आतम नगर इलाके जिहड़े सुविधा केंद्र खोलिया गया सिमरजीत सिंह बैंस के वल्लों और असीं दिखाउणा चाहुंदे सी कि लोग किन्ने कित्थे पहुँचदे ने काम करवाउण दे लई ते लोकां दे की विचार ने। सो वधेरी अपडेट्स जुड़ोर द टाइम्स नाल कैमरामैन तुहानू मथाड़ू दे नाल गुरदीप सिंह लम्मे लुधियाणा।